ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਦੀ ਸਰਮੌਰ ਸੰਸਥਾ ਸ਼ਰੋਣੀ ਗੁਰਦਾਰਾ ਪਰੰਧ ਕਮੇਟੀ ਅੱਜ 102 ਵਾ ਵਰਾ ਦਾ ਸਥਾਪਨਾ ਦਿਵਸ ਮਨਾ ਰਹੀ ਹੈ ਇੱਕ ਸਦੀ ਦਾ ਇਹ ਸਫਰ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਿਕ ਸਫਰ ਹੈ ਜਿਸ ਸਫਰ ਦੇ ਦੌਰਾਨ ਇਸ ਦੇਸ਼ ਦੀ ਆਜ਼ਾਦੀ ਹੋਈ ਇਸ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬੀ ਸੂਬੇ ਦੇ ਮੋਰਚੇ ਤੇ ਹੋਰ ਸੰਘਰਸ਼ ਕੌਮੀ ਮਸਲੇ ਅਤੇ ਪੰਜਾਬ ਦੇ ਹੱਕਾਂ ਦੀ ਗੱਲ ਜਿਹੜੀ ਹੈ ਉਹ ਸ਼ਰੋਣੀ ਕਮੇਟੀ ਦੇ ਇਸ ਇਤਿਹਾਸ ਦੇ ਵਿੱਚ ਜਾਣੀ ਜਾਂਦੀ ਹੈ ਤੇ ਅਸੀਂ ਇਹ ਦੇਖ ਰਹੇ ਹਾਂ ਕਿ ਪਿਛਲੇ ਕੁਝ ਸਮਿਆਂ ਤੋਂ ਖਾਸ ਤੌਰ ਤੇ ਜੇ ਕਹਿ ਲਈਏ ਕਿ ਜਿਹੜੀ ਸਿੱਖਾਂ ਦੀ ਦਸ਼ਨ ਜਮਾਤ ਕਾਂਗਰਸ ਉਹਦੇ ਵੱਲੋਂ ਸਿੱਖਾਂ ਦੇ ਮਾਮਲਿਆਂ ਵਿੱਚ ਦਖਲ ਦਿੱਤਾ ਗਿਆ ਤੇ ਆ ਜਿਹੜੀ ਮੌਜੂਦਾ ਸਮੇਂ ਦੀ ਦਿੱਲੀ ਅੰਦਰ ਬੈਠੀ ਸਰਕਾਰ ਹੈ ਮੋਦੀ ਸਰਕਾਰ ਜਿਸ ਤੋਂ ਸਾਨੂੰ ਇਹੋ ਜਿਹੀ ਕੋਈ ਆਸ ਨਹੀਂ ਦਿਖਾਈ ਦਿੰਦੀ ਸੀ ਉਸ ਦੇ ਵੱਲੋਂ ਐਤਕੀ ਦੀ ਚੋਣ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਸਿੱਧੇ ਤੌਰ ਤੇ ਦਖਲ ਜਿਹੜਾ ਸ਼ਰੂਣੀ ਕਮੇਟੀ ਦੀ ਚੋਣ ਵਿੱਚ ਦਿੱਤਾ ਗਿਆ ਜਿਦੇ ਕਰਕੇ ਸਿੱਖਾਂ ਦੇ ਮਨਾਂ ਦੇ ਅੰਦਰ ਬੜਾ ਭਾਰੀ ਰੋਸ ਹੈ ਸੋ ਇਹ ਗੱਲ ਜਗਜਗਰ ਹੋਈ ਕਿ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀਆਂ ਤੋਂ ਲੈ ਕੇ ਅਹੁਦੇਦਾਰਾਂ ਨੇ ਦੇਸ਼ ਦੀ ਘਟਕਣਤੀ ਕਮਿਸ਼ਨ ਦੇ ਚੇਅਰਮੈਨ ਤੋਂ ਲੈ ਕੇ ਵਰਕਰਾਂ ਨੇ ਇਸ ਮਾਮਲੇ ਵਿੱਚ ਵੱਡਾ ਦਖਲ ਦਿੱਤਾ ਤੇ ਇਹਨੂੰ ਤਾਰਪੀਡੋ ਕਰਨ ਦੀ ਤੇ ਕਾਬਜ ਹੋਣ ਦੀ ਜਿਹੜੀ ਸ਼ਰੋਣੀ ਗੁਰਦੁਆਰਾ ਪਰੰਦੇ ਕਮੇਟੀ ਤੇ ਆਰਐਸਐਸ ਦੀ ਨੀਤੀ ਨੂੰ ਤੇ ਆਰਐਸਐਸ ਦੇ ਧੜੇ ਨੂੰ ਕਾਬਜ ਕਰਨ ਦੀ ਜਿਹੜੀ ਆ ਚਾਲ ਚੱਲੀ ਗਈ ਜਿਸ ਦਾ ਬਹੁਤ ਵੱਡਾ ਦੁੱਖ ਹੈ ਅੱਜ ਅਸੀਂ ਮਹਿਸੂਸ ਕਰਦੇ ਆਂ ਕਿ ਸ਼ਰੌਣੀ ਗੁਰਦਰਾ ਪਰੰਧ ਕਮੇਟੀ ਦੇ ਇੱਕ ਅਹੁਦੇਦਾਰ ਹੋਣ ਦੇ ਨਾਤੇ ਜਿਹੜੇ ਆਰਐਸਐਸ ਦੇ ਮੁਖੀ ਨੇ ਚੀਫ ਭਾਗਵਤ ਸਾਹਿਬ ਉਹਨਾਂ ਨੂੰ ਇੱਕ ਅਸੀਂ ਇੱਕ ਪੱਤਰ ਲਿਖਦੇ ਆਂ ਇਸ ਪੱਤਰ ਦੇ ਰਾਹੀਂ ਇਹ ਜਿਹੜਾ ਪਿਛਲੇ ਦਿਨਾਂ 'ਚ ਘਟਨਾ ਵਾਪਰੀ ਆ ਇਸ ਦਾ ਜਿਹੜੀ ਅਸਲੀਅਤ ਆ ਉਹ ਦੱਸਣੀ ਚਾਹੁੰਦੇ ਆਂ ਇਸ ਦੇ ਵਿੱਚ ਜਿਹੜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਪਿਛਲੇ ਲੰਬੇ ਸਮੇਂ ਦੇਸ਼ ਦੇ ਕਹ ਦੋ ਹਿੱਤ ਲਈ ਕੀਤੀ ਕਾਰਗੁਜ਼ਾਰੀ ਜਿਹਦੇ ਵਿੱਚ ਦੇਸ਼ ਦੇ ਲੀਡਰਾਂ ਨੇ ਇਥੋਂ ਤੱਕ ਕਹਿਤਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਜਿਹੜੀ ਗੁਰਦੁਆਰਾ ਪ੍ਰਬੰਧ ਲਹਿਰ ਸੁਧਾਰ ਲਹਿਰ ਜਿਹੜੀ ਸੀ ਉਸ ਨੂੰ ਜਿੱਤਣ ਤੋਂ ਬਾਅਦ ਇਥੋਂ ਦੇ ਲੀਡਰਾਂ ਨੇ ਇਹ ਕਹਿਤਾ ਕਿ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀਗੀ ਉਸ ਸੰਸਥਾ ਨੂੰ ਅੱਜ ਕਬਜ਼ਾ ਕਰਨ ਦੀ ਕੋਸ਼ਿਸ਼ ਆ ਕਦੇ ਹਰਿਆਣਾ ਵਿੱਚ ਸ਼੍ਰੋਣੀ ਕਮੇਟੀ ਨੂੰ ਤੋੜ ਕੇ ਉੱਥੇ ਵੱਖਰੀ ਕਮੇਟੀ ਬਣਾਈ ਜਾਂਦੀ ਆ ਕਦੇ ਦਿੱਲੀ ਕਮੇਟੀ ਦੇ ਕਾਬਜ ਹੋਣ ਦੀਆਂ ਗੱਲਾਂ ਆ ਚੱਲ ਰਹੀਆਂ ਨੇ ਇਹ ਬਹੁਤ ਵੱਡੀ ਇੱਕ ਡੂੰਗੀ ਸਾਜ਼ਿਸ਼ ਆ ਤੇ ਜਿਸ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਵਾਸਤੇ ਅਸੀਂ ਕਿਉਂਕਿ ਇਹਨਾਂ ਸਾਰਿਆਂ ਦੀ ਜਨਨੀ ਜਿਹੜੀ ਆ ਭਾਜਪਾ ਜਾਂ ਹੋਰ ਸਾਰੀਆਂ ਜਥੇਬੰਦੀਆਂ ਦੀ ਜਨਨੀ ਜਿਹੜੀ ਆ ਉਹ ਆਰਐਸਐਸਾ ਤੇ ਆਰਐਸਐਸ ਦੇ ਮੁਖੀ ਭਗਵਤ ਅਸੀਂ ਉਹਨਾਂ ਨੂੰ ਇਹ ਸੰਬੋਧਨ ਚ ਲਿਖਿਆ ਕਿ ਇਸ ਕਾਰਨਾਮੇ ਨਾਲ ਜਿਹਦੇ ਬਾਰੇ ਤੁਸੀਂ ਜਾਣਦੇ ਹੋ ਤਾਂ ਬਹੁਤ ਮਾੜੀ ਗੱਲ ਹੈ ਜੇ ਨਹੀਂ ਜਾਣਦੇ ਤੇ ਇਸ ਵਿੱਚ ਸੋਧ ਕੀਤੀ ਜਾਵੇ ਕਿਉਂਕਿ ਜਿਹੜਾ ਇਹ ਦੇਸ਼ ਆ ਇਸ ਦੇਸ਼ ਦੇ ਵਿੱਚ ਬਹੁ ਪੱਖੀ ਸੱਭਿਆਚਾਰ ਵੀ ਆ ਤੇ ਬਹੁ ਪੱਖੀ ਗਿਣਤੀ ਜਿਹੜੇ ਆ ਧਰਮ ਨੇ ਤੋਂ ਅਸੀਂ ਨਹੀਂ ਚਾਹੁੰਦੇ ਕਿ ਗੁਰੂ ਸਾਹਿਬਾਨ ਨੇ ਸਾਨੂੰ ਸਭ ਧਰਮ ਦਾ ਸਤਿਕਾਰ ਕਰਨਾ ਸਿਖਾਇਆ ਅਸੀਂ ਕਿਸੇ ਦੇ ਧਰਮ ਵਿੱਚ ਦਖਲ ਨਹੀਂ ਦਿੰਦੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੇ ਸਿਧਾਂਤਾਂ ਤੇ ਪਹਿਰਾ ਦਿੰਦੀ ਆ ਉਹਨੇ ਕਿਸੇ ਵੀ ਧਰਮ ਦੇ ਧਾਰਮਿਕ ਕਹਿੰਦੇ ਹੁੰਦੇ ਆ ਪ੍ਰਬੰਧਾਂ ਵਿੱਚ ਜਾਂ ਧਾਰਮਿਕ ਮਸਲਿਆਂ ਵਿੱਚ ਕਦੇ ਦਖਲ ਨਹੀਂ ਦਿੱਤਾ ਸੋ ਅਸੀਂ ਆਸ ਕਰਦੇ ਹਾਂ ਕਿ ਸਿੱਖ ਕੌਮ ਜਿਹੜੀ ਕੀ ਇਸ ਦੇਸ਼ ਦੇ ਲਈ ਵੱਡਾ ਵੱਡੀਆਂ ਕੁਰਬਾਨੀਆਂ ਕੀਤੀਆਂ ਤੇ ਆਜ਼ਾਦ ਦੇਸ਼ ਨੂੰ ਯਾਦ ਰੱਖਣ ਵਾਸਤੇ ਤੇ ਇਸ ਦੇਸ਼ ਦੇ ਲੋਕਾਂ ਨੂੰ ਮਨੁੱਖਤਾ ਦੇ ਆਧਾਰ ਤੇ ਉਹਨਾਂ ਦਾ ਸਹਿਯੋਗ ਕਰਨ ਵਾਸਤੇ ਸ਼ਰੌਣੀ ਗੁਰਦਾਰਾ ਪਰੰਧ ਕਮੇਟੀ ਨੇ ਸਰਕਾਰਾਂ ਦੇ ਬਰਾਬਰ ਕੰਮ ਕੀਤੇ ਸੋ ਅਸੀਂ ਸਮਝਦੇ ਹਾਂ ਕਿ ਅੱਜ ਜਿਸ ਤਰ੍ਹਾਂ ਦਾ ਹੱਲਾ ਜੜਾ ਕੀਤਾ ਗਿਆ ਇਸ ਦੇ ਬਾਰੇ ਦੇ ਵਿੱਚ ਕੋ ਕੀਤੀ ਜਾਵੇ ਇਸ ਦੇ ਬਾਰੇ ਵਿਚਾਰ ਕੀਤਾ ਜਾਵੇ ਜੇ ਇਹ ਕੁਝ ਜਾਣੇ ਚ ਵਾਪਰਿਆ ਤਾਂ ਇਸ ਨੂੰ ਅਗਾਹ ਤੋਂ ਨਾ ਹੋਵੇ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਇਸ ਗੱਲ ਨਾਲ ਧਾਰਮਿਕ ਤੌਰ ਤੇ ਬਹੁਤ ਵੱਡਾ ਪਾੜਾ ਪੈਣ ਦੇ आसार ਨੇ ਤੇ ਦੂਜੀ ਗੱਲ ਸਿੱਖਾਂ ਦੇ ਮਨ ਚ ਇੱਕ ਬੜੀ ਵੱਡੀ ਅਸਥਿਰਤਾ ਪੈਦਾ ਹੋਊਗੀ ਤੇ ਇਹ ਗੱਲ ਜਾਣੀ ਜਾਂਦੀ ਆ ਕਿ ਜਦੋਂ ਸਿੱਖਾਂ ਦੇ ਮਨ ਚ ਅਸਥਿਰਤਾ ਪੈਦਾ ਹੁੰਦੀ ਆ ਤੇ ਦੇਸ਼ ਉਸ ਦੇ ਨਤੀਜੇ ਜਿਹੜੇ ਆ ਮਾਰੇ ਭੁਗਤਦਾ ਸੋ ਅਸੀਂ ਅਪੀਲ ਕਰਦੇ ਹਾਂ ਕੀ ਜਿਹੜੀ ਆਰਐਸਐਸ ਆ ਉਹ ਆਪਣੇ ਧਰਮ ਦਾ ਪ੍ਰਚਾਰ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦਖਲ ਨਾ ਦਿੱਤਾ ਜਾਵੇ ਫਿਰ ਇਹ ਕਹਿ ਦਿੰਦੇ ਆ ਕਿ ਕਾਂਗਰਸ ਨੇ ਜੋ ਪਿਛਲੇ ਸਮੇਂ ਕੀਤਾ ਸਾਨੂੰ ਆਸ ਨਹੀਂ ਕਿ ਭਾਰਤੀ ਜਨਤਾ ਪਾਰਟੀ ਵੀ ਉਸ ਤਰ੍ਹਾਂ ਦਾ ਰਵਈਆ ਜਿਹੜਾ ਅਖਤਿਆਰ ਕਰੇਗੀ ਅਸੀਂ ਅੱਜ ਦੇ ਦਿਨ ਤੇ ਜਦੋਂ ਕਿ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਜਿਹੜਾ ਬੜਾ ਇਤਿਹਾਸਕ ਦਿਹਾੜਾ ਇਹ ਸੋ ਦੋਵਾਂ ਸਥਾਪਨਾ ਦਾ ਸੋ ਅਸੀਂ ਬਣਾ ਰਹੇ ਹਾਂ ਇਸ ਇਤਿਹਾਸਿਕ ਦਿਨ ਤੇ ਅਸੀਂ ਆਰਐਸਐਸ ਮੁਖੀ ਮੋਹਨ ਭਾਗਵਤ ਜੀ ਨੂੰ ਇਸ ਗੱਲ ਲਈ ਚੇਤਾਵਨੀ ਚਾ ਰਹੇ ਹਾਂ ਤੇ ਇਸ ਗੱਲ ਲਈ ਜਾਣਕਾਰੀ ਦੇ ਰਹੇ ਹਾਂ ਆਉਣ ਵਾਲੇ ਸਮੇਂ ਚ ਆਸ ਕਰਾਂਗੇ ਕਿ ਇਸ ਤਰ੍ਹਾਂ ਦਾ ਵਰਤਾਰਾ ਨਾ ਵਾਪਰੇ ਜਿਹੜਾ ਸਾਡੇ ਧਰਮਾਂ ਤੇ ਸਾਡੇ ਦੇਸ਼ ਦੇ ਲਈ ਮਾੜਾ ਹੋ ਨਿਬੜੇ